ਯਾਰ ਦੇਖੋ, ਸਭ ਤੋਂ ਪਹਿਲਾਂ ਰਾਮਟੈਕਸ ਨੰਬਰ ਪੜ੍ਹ ਲਓ, ਰੈਨਿਸਿਸ ਪੜ੍ਹ ਲਓ ਜੀ। ਪਿਓਰ ਮਰੀਨੋ ਵੂਲ ਹੈ ਸਰ, ਪਿਓਰ ਮਰੀਨੋ ਵੂਲ ਬਿਲਕੁਲ, ਜਿਹੜੀ ਸਰ ਕਦੀ ਵੀ ਕੱਪੜੇ 'ਚ ਬੁਰ ਨਹੀਂ ਆਉਣਾ। ਜਿਹੜਾ ਇਹਦਾ ਮਾਰਕੀਟ ਦਾ ਰੇਟ ਹੈ ਨਾ ਸਰ, ਇਹ ਕੱਪੜੇ ਦਾ 1295 ਰੁਪਏ ਸਰ ਇਹਦਾ ਮਾਰਕੀਟ ਦਾ ਰੇਟ ਹੈ ਜੀ ਅੱਜ ਦਾ। ਆ ਲਓ ਸਰ ਚੈੱਕ ਕਰੋ, ਸੋ ਵਿਊਅਰਸ ਆਪ ਚੈੱਕ ਕਰੇ ਪ੍ਰੋਪਰ ਪ੍ਰਿੰਟਿੰਗ ਚੈੱਕ ਕਰੋ ਸਰ, ਰਾਮਟੈਕਸ ਦਿਖਾਓ, ਰੈਨਿਸਿਸ ਪ੍ਰੋਪਰ, ਜਿਹੜਾ ਕਿ ਪਤਾ ਵੀ ਰੈਨਿਸਿਸ ਦਾ ਜਿਹੜਾ ਨੰਬਰ ਹੁੰਦਾ ਸਰ ਸਭ ਤੋਂ ਫਾਈਨ। ਅਤੇ ਨਾਲੇ ਇੱਕ ਚੀਜ਼ ਹੋਰ ਦੱਸਾਂ, ਲਾਓ ਕੱਪੜੇ ਨੂੰ ਹੱਥ, ਕਿੰਨਾ ਲਾਈਟ ਵੇਟ ਕੱਪੜਾ ਸਰ ਇਹ, ਮਤਲਬ ਜਿੰਨਾ ਜ਼ਿਆਦਾ ਸਰ ਪਿਓਰ ਹੁੰਦਾ ਜਾਊਗਾ ਉਨਾ ਸਰ ਲਾਈਟ ਵੇਟ ਹੋ ਜਾਊਗਾ। ਔਰ ਸ਼ੁਰੂਆਤੀ ਮੈਂ ਆਪਕੋ ਜੋ ਨੰਬਰ ਦਿਖਾਇਆ, ਵਾਕਈ ਵਿਵਰਸ ਡਿਜੀਟਲ ਪ੍ਰਿੰਟ ਕਾ ਵਾਕਈ ਬਹੁਤ ਬੜੀਆ ਨੰਬਰ ਹੈ ਇਹ, ਔਰ ਇਹ ਦੇਖੀਏ ਸਰ ਮਾਲ ਦਿਖਾਵਾਂਗੇ A1। ਕਦੀ ਵੀ ਸਰ ਇਹ ਕੱਪੜੇ ਨੂੰ ਰੇਜ਼ਿੰਗ ਨਹੀਂ ਆਉਣੀ ਕਦੀ ਵੀ, ਮਤਲਬ ਇਹ ਤੋਂ ਸਵਾਲ ਆਪ ਪੁੱਛੋ ਹੀ ਮਤ ਕਿ ਭਈਆ ਰੇਜ਼ਿੰਗ ਕਾ ਕਿਆ ਮਤਲਬ ਸਿਸਟਮ ਹੈ ਕੈਸੇ। ਆ ਲਓ ਸਰ ਇਹ ਆਪ ਚੈੱਕ ਕਰੇ ਵਿਵਰਸ, ਆਹ ਦੇਖੋ ਸਰ ਪ੍ਰਿੰਟ ਦੇਖੋ ਸਰ, ਕਿੰਨੇ ਜ਼ਬਰਦਸਤ ਪ੍ਰਿੰਟ ਆ ਰਹੇ ਨੇ, ਪਿਆਰ ਭੈਣ ਭਰਾ ਦਾ ਬਹੁਤ ਮਿਲਦਾ ਪਿਆ। ਹੁਣ ਲੈ ਕੇ ਆਵਾਂਗੇ ਸਰ ਬਹੁਤ ਜਲਦੀ ਉਹਨਾਂ ਵਾਸਤੇ ਨਾ ਇੱਕ ਕਰਮਾ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਜੀ। ਜੀ ਬਿਲਕੁਲ, ਉੱਦਾਂ ਦੀ ਸਰ ਪ੍ਰੀਮੀਅਮ ਰੇਂਜ ਹੈ ਨਾ, ਅੱਜ ਜਾਂਦੇ ਜਾਂਦੇ ਇੱਕ ਦੋ ਸੂਟ ਨਿਗਾਹ ਕਰਾਵਾਂਗੇ ਭੈਣ ਭਰਾ ਨੂੰ ਜੀ, ਵੀ ਇੱਥੇ ਸਿਰਫ ਪ੍ਰਿੰਟਾਂ ਨਹੀਂ ਹੁੰਦੀ ਆ, ਸਾਡੇ ਕੋਲ ਪ੍ਰੀਮੀਅਮ ਰੇਂਜ ਦੇ ਵੀ ਆਰਟੀਕਲ ਬੜੇ ਆਏ ਹੋਏ ਨੇ। ਆ ਵੀ ਇਹ ਦੇਖੀਏ ਪ੍ਰਿੰਟ ਦੇਖੀਏ ਵਿਊਅਰਸ, ਬਹੁਤ ਹੀ ਲਾਜਵਾਬ ਪ੍ਰਿੰਟ, ਤੇ ਆ ਚੈੱਕ ਕਰੋ ਸਰ ਨਾਲ ਰੈਨਿਸਿਸ ਬਾਏ ਰਾਮਟੈਕਸ। ਬਿਲਕੁਲ ਜੀ, ਠੀਕ ਹੈ ਜੀ, ਕੱਪੜਾ ਇੰਨਾ ਕੀ ਲਾਈਟ ਵੇਟ ਹੈ ਨਾ, ਜਿਹੜਾ 1295 ਰੁਪਏ ਦਾ ਬਾਜ਼ਾਰ 'ਚ ਸੇਲ ਹੋ ਰਿਹਾ, ਪਰ ਤੁਹਾਨੂੰ ਪਤਾ ਸੀਆ ਕਲੈਕਸ਼ਨ 'ਚ ਤਾਂ ਕੰਮ ਹੀ ਨਹੀਂ ਹੋਣਾ ਜੀ। ਸੀਆ ਕਲੈਕਸ਼ਨ ਦਾ ਜਿਹੜਾ ਸਰ ਰੇਟ ਰਹਿਣਾ ਨਾ, ਉਹ ਬਹੁਤ ਹੀ ਵਧੀਆ ਰੇਟ ਰਹੇਗਾ ਸਰ, ਬਹੁਤ ਹੀ ਵਧੀਆ। ਅਭੀ ਮੇਰੇ ਕੋ ਇਹ ਬਤਾਓ, ਆਪ ਵੁਲਨ ਕੀ ਬਾਤ ਕਰ ਰਹੇ ਥੇ, ਇਹ ਕਾਟਨ ਕਹਾਂ ਸੇ ਲੈ ਆਏ? ਭਾਜੀ ਲਾਓ ਕੱਪੜੇ ਨੂੰ ਹੱਥ। ਗੁਲਾਬ ਦਾ ਫੁੱਲ ਤੇ ਨਾਲੇ ਕੱਪੜਾ ਦੇਖੋ ਸਰ, ਪਿਓਰ ਮਰੀਨੋ ਵੂਲ ਸਰ, ਪਿਓਰ ਮਰੀਨੋ ਵੂਲ। ਸੋ ਵਿਵਰਸ ਆਪ ਚੈੱਕ ਕੀਜੀਏਗਾ, ਆਪਕੋ ਜਿਸ ਤਰ੍ਹਾਂ ਕਾ ਵੀ ਪ੍ਰਿੰਟ ਚਾਹੀਏ ਮਿਲੇਗਾ ਯਹਾਂ ਪੇ, ਸਕਰੀਨਸ਼ਾਟ ਲੈ ਲਓ ਜਲਦੀ। ਔਰ ਭਈਆ ਰੇਟ ਕਿਆ ਨਿਕਾਲਿਆ ਸੀ ਆ ਕਲੈਕਸ਼ਨ? ਭਾਜੀ ਰੇਟ ਤਾਂ ਤੁਹਾਨੂੰ ਪਤਾ ਇਹਦਾ ਬੜਾ ਵਧੀਆ ਰੇਟ ਦੇਵਾਂਗੇ, ਤੁਸੀਂ ਦੱਸੋ ਵੀ ਕਿੰਨਾ ਕੀ ਰੇਟ ਹੋਣਾ ਚਾਹੀਦਾ ਸਰ ਇਹਦਾ? ਭਾਜੀ ਵਾਕੀ ਆਪਕੀ ਜੋ ਬਾਤੋਂ ਮੈਂ ਵਾਕੀ ਬਹੁਤ ਬੜੀਆ ਲੱਗ ਰਿਹਾ ਕਿ ਹਾਂ ਯਾਰ 1250 ਆਪਣੇ 50 ਕਾ ਹੈ, ਵਾਕੀ 1250 ਮੈਂ ਵਿਕਤਾ, ਆਪ ਐਸਾ ਕਰੋ 1150 ਮੈਂ ਦੇ ਦਿਓ ਜਾਂ 1050 ਮੈਂ। ਆ ਲਓ ਸਰ ਪਹਿਲਾਂ ਤਾਂ ਇਹਦੇ ਪ੍ਰਿੰਟ ਦਿਖਾਓ, ਸਾਡੇ ਭੈਣ ਸਾਡੇ ਭਰਾ ਸਾਡੇ ਬਜ਼ੁਰਗ ਜਿੰਨੇ ਵੀ ਵੀਡੀਓ ਦੇਖਦੇ ਪਏ ਨੇ ਜੀ, ਬਸ ਮੈਂ ਉਹਨਾਂ ਨੂੰ ਇੱਕ ਹੀ ਰਿਕੁਐਸਟ ਕਰਨੀ ਹੈ ਵੀ ਵੀਡੀਓ ਨੂੰ ਫਟਾਫਟ ਕਰ ਦੇਣ ਸ਼ੇਅਰ। ਜੀ ਜੀ ਬਿਲਕੁਲ, ਜਿੰਨੀ ਜਲਦੀ ਹੁੰਦਾ ਸਰ ਉਨੀ ਜਲਦੀ ਸ਼ੇਅਰਿੰਗ ਕਰ ਦੇਣ ਵੀਡੀਓ ਬਸ। ਇਹ ਸਰ ਸਾਰੇ ਪਿਓਰ ਦੇ ਆਰਟੀਕਲ ਨੇ ਆਏ ਆ, ਹਾਂਜੀ, ਉਹ ਵੀ ਡਿਜੀਟਲ ਦੇ ਵਿੱਚ। ਆ ਦੇਖੋ ਸਰ ਇਹਦੀ ਕੰਨੀ ਗਈ ਹੈ ਕੱਟੀ, ਪਹਿਲਾਂ ਦੱਸ ਦਿੰਦਾ ਕੋਈ ਭੈਣ ਭਰਾ ਇਹ ਨਾ ਕਵੇ ਵੀ ਰਾਮਟੈਕਸ ਤਾਂ ਨਹੀਂ ਹੈਗਾ, ਦੇਖੋ ਰਾਮਟੈਕਸ। ਜੀ ਜੀ ਬਿਲਕੁਲ ਜੀ ਬਿਲਕੁਲ, ਇਹਦੀ ਕੰਨੀ ਸਰ ਕੱਟੀ ਗਈ ਹੈ ਤੇ ਪ੍ਰਿੰਟ ਲਓ ਸਰ। ਆ ਲਓ ਸਰ ਦੇਖੋ, ਮੈਨੂੰ ਤਾਂ ਦੇਖੀਏ ਇੱਕ ਵਿਸ਼ਵਾਸ ਹੈ ਵਿਵਰਸ ਜੋ ਆਪਕਾ ਬਹੁਤ ਆਪ ਕਰ ਰਹੇ ਹੋ ਸੀ ਆ ਕਲੈਕਸ਼ਨ ਤੇ। ਹੁਣ ਆ ਸੇਮ ਪ੍ਰਿੰਟ ਸਰ ਜੀ, ਆਪਾਂ ਗਰਮੀਆਂ 'ਚ ਵੀ ਵੇਚਿਆ ਏਅਰ ਕੂਲ ਦੇ ਵਿੱਚ, ਓਕੇ ਸੇਮ ਪ੍ਰਿੰਟ। ਆਲੋ ਮਤਲਬ ਵਿੰਟਰਸ ਮੇ ਵੀ ਐਸੇ ਪ੍ਰਿੰਟ ਭਾਜੀ, ਮੈਨੇ ਤਾਂ ਨਹੀਂ ਸੋਚਾ ਤਾ ਕਿ ਆਏ ਭਾਜੀ। ਆਲੋ ਜਿਹੜਾ ਹੁਣ ਇਹਦਾ ਤੁਸੀਂ ਰੇਟ ਦੀ ਗੱਲ ਕਰਦੇ ਪਏ ਹੋ, ਹਾਂਜੀ ਰੇਟ ਤੁਸੀਂ ਕਹਿਤਾ 1095 1050 ਤੁਸੀਂ ਕਹਿਤਾ ਦੇ ਦਿਓ ਜੀ, ਪਰ ਭਾਜੀ ਆਪਾਂ ਤਾਂ ਇਸ ਤੋਂ ਵੀ ਘੱਟ 'ਚ ਦੇ ਦੇਣਾ ਸਰ ਭਈਆ ਰਾਮਟੈਕਸ ਰੈਨਿਸਿਸ ਸਰ। ਆਪਾਂ ਇਹਦਾ ਜਿਹੜਾ ਰੇਟ ਆ 1000 ਵੀ ਨਹੀਂ ਦੇਣਾ, ਇਹਦਾ ਰੇਟ ਸਰ ਆਪਾਂ 900 ਰੁਪਿਆ ਵੀ ਨਹੀਂ ਦੇਣਾ ਜੀ, 850 ਵੀ ਨਹੀਂ ਦੇਣਾ ਸਰ ਇਹਦਾ ਰੇਟ ਜੀ, ਸਰ 800 ਵੀ ਨਹੀਂ ਦੇਣਾ ਇਹਦਾ ਰੇਟ, 795 ਰੁਪਏ 'ਚ ਦੇਵਾਂਗੇ ਭੈਣਾਂ ਨੂੰ ਸਿਰਫ ਔਰ ਸਿਰਫ 785 ਕੀ ਹਾਂਜੀ ਸਰ 795 ਰੁਪਏ 'ਤੇ ਸਰ ਦੇਵਾਂਗੇ। ਰੈਨਿਸਿਸ ਨੰਬਰ ਹੈ, ਕਿਆ ਬਾਤ ਹੈ, ਜਿੱਥੇ ਮਰਜ਼ੀ ਸਰ ਉਹ ਪਹਿਲਾਂ ਟਰਾਈ ਕਰਨ ਜੀ।
ਕੋਈ ਵੀ ਯੂਟਿਊਬ ਦੀ ਵੀਡੀਓ ਉੱਥੇ ਚੈੱਕ ਕਰਨ, ਪਿਓਰ ਮਰੀਨੋ ਵੂਲ ਆਲੋ ਸਰ ਰੈਂਸਿਸ। ਸੋ ਵਿਊਅਰਸ ਆਪ ਚੈੱਕ ਕਰੇਂ, ਮੋਸਟ ਵੈਲਕਮ ਹੈ ਆਪਕਾ ਜਲਦੀ ਸੇ ਜਲਦੀ। ਮੇਰਾ ਤੋ ਯਹੀ ਮਾਨਨਾ ਹੈ ਕਿ ਆਪ ਯਹਾਂ ਪੇ ਅਗਰ ਵਿਜ਼ਿਟ ਕਰੋਗੇ ਨਾ ਆਪਕੋ ਔਰ ਵੀ ਬਹੁਤ ਕੁਛ ਮਿਲੇਗਾ ਯਹਾਂ ਪੇ। ਅਕੇਲੇ ਜੈਸੇ ਕਿ ਭਈਆ ਨੇ ਵੀ ਬਾਤ ਕੀ, ਸਰ ਆ ਦੇਖੋ ਪਿਓਰ ਕਸ਼ਮੀਰੀ ਪਸ਼ਮੀਨਾ, ਦੇਖੋ ਮੈਂ ਤਾਂ ਨਹੀਂ ਲਿਖਿਆ ਇਹ, ਇਹ ਸਾਰੇ ਕੰਪਨੀ ਦੇ ਨੰਬਰ ਆਉਂਦੇ ਨੇ ਸਰ ਇਹ। ਬਿਲਕੁਲ ਜੀ ਬਿਲਕੁਲ, ਇਹ ਤਾਂ ਸਰ ਸਿਰਫ ਆਪਾਂ ਫਾਇਦਾ ਕਰਨਾ ਪੈਣਾ ਦਾ। ਇਹ ਦੇਖੀਏ ਜੀ ਸਰ, ਇੱਕ ਚੀਜ਼ ਹੋਰ ਦੱਸ ਦਿੰਦਾ, ਜਿੰਨਾ ਮਾਲ ਹੈ ਨਾ ਇਹ, ਇਹ ਹੁਣ ਹੁਣ ਦਾ ਰੇਟ ਆ ਇਹਦਾ, ਇੱਕ ਮਹੀਨੇ ਬਾਅਦ ਇਹ ਰੇਟ 'ਚ ਮਾਲ ਨਹੀਂ ਮਿਲਣਾ ਵਾਲਾ। ਬਿਲਕੁਲ, ਕਿਉਂਕਿ ਜਦੋਂ ਵੀਡੀਓ ਪੈਂਦੀ ਹੈ ਸਰ, ਇਹ ਵੀਡੀਓ ਦਾ ਮਾਲ ਰਹਿੰਦਾ ਹੁੰਦਾ ਸਿਰਫ ਇੱਕ ਤੋਂ ਦੋ ਦਿਨ ਜੀ। ਵੈਸੇ ਤਾਂ ਪਰਮਾਤਮਾ ਦੀ ਕਿਰਪਾ ਨਾਲ, ਭੈਣਾਂ ਭਰਾਵਾਂ ਦੇ ਆਸ਼ੀਰਵਾਦ ਨਾਲ, ਇਹ ਪਹਿਲੇ 5-6 ਘੰਟੇ 'ਚ ਹੀ ਮਾਲ ਕਲੀਅਰ ਹੋ ਜਾਂਦਾ। ਦੇਖੋ ਸਰ ਪ੍ਰਿੰਟ ਦੇਖੋ ਕਿੰਨਾ ਜ਼ਬਰਦਸਤ ਆ, ਅਤੇ ਨਾਲੇ ਸਰ ਕੱਪੜਾ ਦੇਖੋ, ਮੂੰਹੋਂ ਬੋਲਦਾ ਸਰ ਕੱਪੜਾ। ਅੱਛਾ ਸਰ ਇੱਕ ਹੋਰ ਬਾਤ ਬਤਾਓ, ਜੈਸੇ ਕਿ ਮੈਂ ਬਹੁਤ ਸੁਣ ਰਹਾ ਹੂੰ ਜੈਸੇ ਕਿ ਕੋਟਨ ਮੇਂ ਤੋ ਐਸਾ ਹੋਤਾ ਹੀ ਹੋਤਾ ਹੈ ਕਿ ਹਰ ਰੋਜ਼ ਰੇਟ ਚੇਂਜ ਹੋਤੇ ਹੈ। ਹਾਂਜੀ, ਇਸਕਾ ਕਿਆ ਸੀਨ ਹੈ ਸਰ? ਇਹਦਾ ਜਿਹੜਾ ਆਉਣ ਵਾਲੇ 15 ਦਿਨ ਹੈ ਨਾ, 15 ਦਿਨ ਬਾਅਦ ਇਹਦਾ ਰੇਟ ਸਰ ਘੱਟੋ ਘੱਟ 150 ਤੋਂ 200 ਰੁਪਏ ਸਰ ਪਲੱਸ ਹੈ ਇਹਦਾ। ਓਕੇ, ਹਲੋ ਸਰ, ਆਪਕੋ ਪਤਾ ਹੈ ਮੌਸਮ ਇੱਕਦਮ ਸੇ ਹੀ ਬਦਲੇਗਾ। ਦੇਖੋ ਸਟਾਰਟਿੰਗ ਹੋ ਚੁੱਕੀ ਹੈ, ਆਪ ਚੈੱਕ ਕਰੇ, ਇੱਕ ਤੋਂ ਇੱਕ ਚੀਜ਼ਾਂ ਦੇ ਦੇਣੀਆਂ ਆਪਾਂ, ਔਰ ਸਰ ਇੱਕ ਤੋਂ ਇੱਕ ਵਰਾਇਟੀ ਦੇ ਦੇਣੀ। ਬਿਲਕੁਲ, ਔਰ ਕਿਸੇ ਨੇ ਜੈਸੇ ਕਿ ਆਪ ਇਹ ਥਾਨ ਨਹੀਂ ਦਿਖਾ ਰਹੇ ਹੋ ਸ਼ੋਪ ਕੇ ਲਈ, ਥਾਨ ਕੇ ਥਾਨ ਲੈਣੇ ਹੈ, ਤੋ ਉਸਕਾ ਵੀ ਹੈ ਯਹਾਂ ਪੇ। ਮੈਂ ਕਿਹਾ ਸਰ ਬਹੁਤ ਭੈਣ ਭਰਾ ਸਾਡੇ ਨਾਲ, ਬੁਟੀਕ ਵਾਲੀ ਹੈ ਭੈਣਾਂ ਸਾਡੇ ਨਾਲ, ਰੀਸੇਲਰ ਬਹੁਤ ਜੁੜ ਗਏ ਹੋਏ ਨੇ ਜੀ ਥੋੜ੍ਹੇ ਟਾਈਮ ਦੇ ਵਿੱਚ ਸਰ, ਇੰਨੇ ਕਿ ਰੀਸੇਲਰ ਜੁੜ ਗਏ ਨੇ ਨਾ ਜਿਹੜਾ ਮੈਂ ਕਹਿ ਨਹੀਂ ਸਕਦਾ। ਓਕੇ, ਮਤਲਬ ਵਰਾਇਟੀ ਬਹੁਤ ਜਾ ਰਹੀ ਹੈ। ਹੁਣ ਕੱਲ੍ਹ ਸਰ ਇੱਕ ਆਪਣੇ ਆਂਟੀ ਜੀ ਆਏ ਸੀ ਸੰਗਰੂਰ ਤੋਂ। ਓਕੇ, ਮਤਲਬ ਇੰਨਾ ਖੁਸ਼ ਹੋ ਕੇ ਗਏ ਨੇ ਵੀ ਉਹ ਆਪ ਕਹਿੰਦੇ ਵੀ ਤੁਹਾਡੀ ਵਰਾਇਟੀ ਦੇਖ ਕੇ, ਤੁਹਾਡੀ ਬੋਲੀ ਤੇ ਤੁਹਾਡੀ ਵੀਡੀਓ ਦੇਖ ਕੇ ਮਜ਼ਾ ਹੀ ਆ ਗਿਆ ਰੇਟਾਂ ਦਾ ਵੀ। ਜੀ ਜੀ ਬਿਲਕੁਲ ਜੀ ਬਿਲਕੁਲ। ਕਾਰਨ ਕੀ ਹੈ ਸਰ, ਅਸੀਂ ਚੀਟ ਨਹੀਂ ਕਰਨਾ ਕਿਸੇ ਨਾਲ ਵੀ। ਹਾਂਜੀ, ਜਿਹੜੀ ਗੱਲ ਹੋਊਗੀ ਅਸੀਂ ਸਰ ਸਾਫ਼ ਕਲੀਅਰ ਕੱਟ ਗੱਲ ਕਰਨੀ ਹੈ ਵੀ ਆਹ ਚੀਜ਼ ਹੈ ਅਤੇ ਇੱਦਾਂ ਚੀਜ਼ ਰਹੇਗੀ। ਅਤੇ ਇੱਕ ਚੀਜ਼ ਸਰ ਫਿਰ ਤੋਂ ਦੁਬਾਰਾ ਦੱਸ ਦਿੰਦਾ, ਜਿਹੜੇ ਭੈਣ ਭਰਾ ਨਵਾਂ ਕੰਮ ਕਰਨਾ ਚਾਹੁੰਦੇ ਨੇ ਜੀ, ਉਹਨਾਂ ਵਾਸਤੇ ਬਹੁਤ ਵਧੀਆ ਔਫਰ ਹੈ। ਹਾਂਜੀ, ਉਹ ਔਫਰ ਹੈਗੀ ਆਪਣੇ ਕੋਲ ਬਜਾਜ ਦੀ। ਅੱਛਾ, ਆਹ ਲਓ ਸਰ, ਆਪਾਂ ਇੱਕ ਵਾਰ ਇਹਦਾ ਪੀਪੀ ਲਾ ਕੇ ਚੰਗੀ ਤਰ੍ਹਾਂ ਦਿਖਾ ਦਈਏ ਵੀ ਕੋਈ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ। ਆ ਗਿਆ ਇਹਦਾ ਸਕੈਨਰ ਵੀ, ਆਹ ਦੇਖੋ ਜੀ, ਇਹ ਹੈਗਾ ਸਰ ਬਜਾਜ ਪੇ ਦਾ। ਹਾਂਜੀ, ਆਹ ਚੈੱਕ ਕਰੋ ਸਰ, ਠੀਕ ਹੈ ਜੀ। ਹੁਣ ਕਰਨਾ ਕੀ ਹੈ, ਹੁਣ ਤੁਸੀਂ ਕੱਪੜਾ ਲੈਣਾ, ਸਪੋਜ਼ ਕਰੋ ਆਪਾਂ ਤੁਹਾਡੇ ਦੀ ਗੱਲ ਕਰ ਲੈਂਦੇ ਹਾਂ। ਹਾਂਜੀ ਬਿਲਕੁਲ ਬਾਜੀ, ਤੁਸੀਂ ਆਪਣੇ ਘਰ ਵਾਸਤੇ, ਤੁਹਾਡੀ ਮੈਰਿਜ ਹੈ, ਕੁਛ ਵੀ ਐਕਸ ਵਾਈ ਜ਼ੈਡ ਹੈ ਜੀ, ਤੁਸੀਂ 20,000 ਦਾ ਕੱਪੜਾ ਲੈਣਾ। ਹਾਂਜੀ, ਬਜਾਜ ਪੇ ਤਾਂ ਭਾਜੀ ਅੱਜ ਕੱਲ੍ਹ ਸਾਰੀ ਦੁਨੀਆ 'ਚ ਲਾ ਰਹੀ ਹੈ। ਬਜਾਜ ਫਾਈਨਾਂਸ ਦਾ ਜਿਹੜਾ ਹਰ ਬੰਦੇ ਕੋਲ ਮੋਬਾਈਲ 'ਤੇ ਐਪ ਹੀ ਹੁੰਦੀ ਹੈ। ਬਿਲਕੁਲ ਭਾਜੀ, ਕਰਨਾ ਕੀ ਹੈ, ਸਿਰਫ ਇੱਕ ਬਜਾਜ ਰਾਹੀਂ ਆਪਾਂ ਲਿਮਿਟ ਚੈੱਕ ਕਰ ਲੈਣੀ ਹੈ ਉਹਦੀ, ਜਿੰਨਾ ਕੱਪੜਾ ਚਾਹੀਦਾ ਸਰ ਉਨਾ ਕੱਪੜਾ ਲੈ ਜਾਣ। ਓਕੇ, 7500 ਰੁਪਏ ਦਾ ਸਰ ਸਟਾਰਟਿੰਗ ਹੁੰਦੀ ਹੈ ਇਹਦੇ ਵਿੱਚ। ਹਾਂਜੀ, 7500 ਤੋਂ ਲੈ ਕੇ ਸਰ ਚਾਹੇ ਉਹ 75,000 ਦਾ ਕੱਪੜਾ ਲੈ ਲੈਣ ਸਰ, ਜਿੰਨੀ ਉਹਨਾਂ ਦੀ ਲਿਮਿਟ ਹੈ ਜੀ। ਕਰਨਾ ਕੀ ਹੈ ਸਰ, ਅੱਜ ਕੱਪੜਾ ਲੈ ਗਏ, ਅਗਲੇ ਤੋਂ ਅਗਲੇ ਮਹੀਨੇ ਕਿਸ਼ਤ ਲੱਗਣੀ ਹੈ। ਜਿੱਦਾਂ ਹੁਣ ਸਰ ਅੱਜ ਤਰੀਕ ਹੋ ਗਈ 26-27 ਸਤੰਬਰ ਹੋ ਗਈ ਅੱਜ ਜੀ, ਹੁਣ ਜਿਹੜੀ ਕਿਸ਼ਤ ਲੱਗਣੀ ਹੈ ਸਰ ਉਹਨਾਂ ਦੀ 2 ਨਵੰਬਰ ਨੂੰ ਕਿਸ਼ਤ ਲੱਗਣੀ ਹੈ ਇਹ। ਓਕੇ, ਅਕਤੂਬਰ ਨੂੰ ਕਿਸ਼ਤ ਨਹੀਂ ਲੱਗਣੀ। ਕਿੰਨਾ ਵੱਡਾ ਸਰ ਬੈਨੀਫਿਟ ਹੈ, ਪਹਿਲਾਂ ਤਾਂ 40 ਦਿਨ ਦਾ ਇਹ ਕੱਪੜਾ ਮਿਲ ਗਿਆ ਉਹਨਾਂ ਨੂੰ, ਉਸ ਤੋਂ ਬਾਅਦ ਸਰ ਕਿਸ਼ਤਾਂ ਰਾਹੀਂ ਪੈਸੇ ਦੇਣੇ ਨੇ, ਹਲਕਾ ਜਿਹਾ ਇੰਨਾ ਕਿ ਸਰ ਇੰਟਰਸਟ ਨਾਲ ਪੈਂਦਾ ਹੁੰਦਾ ਜੀ। ਕਿਸ਼ਤਾਂ ਸਰ 3 ਕਰਾ ਲੈਣ, ਕਿਸ਼ਤਾਂ 6 ਕਰਾ ਲੈਣ, ਕਿਸ਼ਤਾਂ 9 ਕਰਾ ਲੈਣ, ਕਿਸ਼ਤਾਂ 11 ਕਰਾ ਲੈਣ ਜੀ, ਇਹਨਾਂ ਦੇ ਉੱਪਰ ਹੈ ਭੈਣ ਭਰਾ ਦੇ ਉੱਪਰ, ਜਿੰਨੀਆਂ ਮਰਜ਼ੀ ਸਰ ਇਹ ਕਿਸ਼ਤਾਂ ਕਰਾ ਸਕਦੇ ਨੇ। ਬਿਲਕੁਲ, ਤੇ ਇਹਨਾਂ ਨੇ, ਮੈਂ ਬਸ ਉਹਨਾਂ ਨੂੰ ਇਹੀ ਕਹਿੰਦਾ ਵੀ ਜਿਹਦੇ ਕੋਲ ਪੈਸੇ ਦੀ ਥੋੜ੍ਹੀ ਜਿਹੀ ਸ਼ੋਰਟੇਜ ਹੈ, ਉਹ ਬਜਾਜ ਤੋਂ ਵੀ ਆਪਣਾ ਕੰਮ ਕਰ ਸਕਦੇ ਨੇ ਬੜੇ ਆਰਾਮ ਨਾਲ ਜੀ। ਹੁਣ ਸਰ ਡੇਲੀ ਬਜਾਜ ਵਾਲੇ ਆਪਣੇ ਕੋਲ 3 ਤੋਂ 4 ਕੇਸ ਰੋਜ਼ ਹੋਣੇ ਸ਼ੁਰੂ ਹੋ ਗਏ ਨੇ ਭੈਣਾਂ ਦੀ ਕਿਰਪਾ ਨਾਲ ਜੀ। ਹੁਣ ਕਈ ਭੈਣ ਭਰਾ ਕੋਲ ਨਹੀਂ ਹੁੰਦੀ ਸਰ ਇੰਨੀ ਕੀ ਗੁੰਜਾਇਸ਼ ਨਹੀਂ ਹੁੰਦੀ,
ਮੈਂ ਕਹਿੰਦਾ ਸਰ ਚਾਹੇ 10,000 ਦਾ ਕੱਪੜਾ ਲੈ ਲੈਣ ਆ ਕੇ, ਹਾਂਜੀ ਕਿਸ਼ਤਾਂ 3 ਕਰ ਲੈਣ, 6 ਕਰ ਲੈਣ, ਜਿੰਨਾ ਉਹਨਾਂ ਦਾ ਮਨ ਕਰਦਾ ਉਨੀਆਂ ਕਰਨ। ਔਰ ਮੇਰੇ ਹਿਸਾਬ ਸੇ ਭਾਜੀ 2 ਨਵੰਬਰ ਸੇ ਪਹਿਲੇ ਪਹਿਲੇ ਉਹ ਮਾਲ ਵੇਚ ਵੀ, ਭਾਜੀ 2 ਨਵੰਬਰ ਤੋਂ ਪਹਿਲਾਂ ਤਾਂ ਉਹਨਾਂ ਨੇ ਮੇਰੇ ਕੋਲ ਦੁਬਾਰਾ ਵੀ ਆ ਜਾਣਾ, ਹਾਂਜੀ ਨਾਲੇ ਸਰ ਪੈਸੇ ਤਾਂ ਕਿਸ਼ਤਾਂ ਰਾਹੀਂ ਦੇਣੇ ਆ ਆਪਾਂ ਤਾਂ ਜੀ, ਆਪਾਂ ਤਾਂ ਸਰ ਜੇ 10,000 ਦਾ ਵੀ ਕੱਪੜਾ ਲੈ ਲਿਆ, ਜੇ ਸਪੋਜ਼ ਕਰੋ 6 ਕਿਸ਼ਤਾਂ ਕਰ ਲਈ ਆ, ਕਿੰਨੀ ਕਿਸ਼ਤ ਬਣਨੀ ਹੈ ਸਰ? 1800 2000 ਰੁਪਏ ਕਿਸ਼ਤ ਬਣਨੀ ਹੈ ਸਾਰੀ ਇਹਦੀ। ਬਿਲਕੁਲ ਜੀ ਬਿਲਕੁਲ, ਤਾਂ ਕਰਕੇ ਮੈਂ ਵਾਰ ਵਾਰ ਭੈਣਾਂ ਨੂੰ ਇਹੀ ਮੈਸੇਜ ਲਾ ਰਿਹਾ, ਜਿੰਨੇ ਵੀ ਕੰਮ ਕਰਨਾ ਬਜਾਜ ਪੇ ਵਾਲਾ ਜਿਹੜਾ ਸਿਸਟਮ ਹੈਗਾ ਕਰ ਲਓ। ਤੇ ਇੱਕ ਵਾਰ ਸਰ ਆਪਾਂ ਇਹਦੇ ਤੁਹਾਨੂੰ ਪ੍ਰਿੰਟ ਦੁਬਾਰਾ ਦਿਖਾ ਦਿੰਦੇ ਹਾਂ, ਜਿਹੜਾ ਜਿਹੜਾ ਜਿਹਨੂੰ ਪਸੰਦ ਆ ਫਟਾਫਟ ਆਪਣੇ ਸਕਰੀਨਸ਼ੋਟ ਭੇਜਣ ਤੇ ਆਰਡਰ ਪਲੇਸ ਕਰ ਦੇਣ। ਜੀ ਜੀ ਬਿਲਕੁਲ, ਰੇਟ ਸਰ ਇਹਦਾ ਰਹਿਣਾ ਸਿਰਫ ਤੇ ਸਿਰਫ 795 ਰੁਪਏ। 795 ਕੀ ਪ੍ਰਾਈਸ ਨਹੀਂ ਚੱਲ ਰਹੀ ਹੈ ਵਿਵਰਟਸ, ਔਰ 795 ਦੇ ਵਿੱਚ ਸਰ ਬਹੁਤ ਸਾਰੇ ਆਪਾਂ ਤੁਹਾਨੂੰ ਪ੍ਰਿੰਟ ਦਿਖਾਤੇ ਨੇ, ਜਿਹੜਾ ਜਿਹੜਾ ਆਰਟੀਕਲ ਜਿਹਨੂੰ ਸਰ ਪਸੰਦ ਆ ਆਪਣਾ ਆਰਡਰ ਬੁੱਕ ਕਰ ਦੇਣ ਜੀ, ਕਿਉਂਕਿ ਇਹ ਆਰਟੀਕਲ ਜ਼ਿਆਦਾ ਦੇਰ ਫਿਰ ਰੁਕਣੇ ਨਹੀਂ ਹੈਗੇ ਸਰ। ਬਿਲਕੁਲ ਜੀ ਬਿਲਕੁਲ, ਹੁਣ ਆਹ ਦੇਖੋ ਸਰ ਕਿੰਨਾ ਵਧੀਆ ਫਲੋਰੋਸੈਂਟ ਪ੍ਰਿੰਟ ਆ, ਵਾਕਈ ਉਹ ਵੀ ਸਰ ਸਰਦੀ ਦੇ ਵਿੱਚ, ਸਾਰੇ ਨਾਲੇ ਸਰ ਰੈਂਸਿਸ ਦੇ ਆਣਗੇ।